ਸਿਕਲ ਬਾਈ ਮੇਰੀ ਗੱਲ ਸੁਣ ਟੋਪੀ ਸਿੱਧੀ ਲਿਆ ਕਰ ਨਹੀਂ ਤਾਂ ਧੌਣ ਪੁੱਠੀ ਕਰਾ ਲੇਗਾ ਮੇਰੇ ਤੋਂ ਠੀਕ ਹੈ ਜੀ ਓ ਇਹ ਗੰਨਾ ਗੰਨਾ ਨਹੀਂ ਚੱਲ ਜੇ ਤਾਂ ਜਾਨ ਵੀ ਜਾ ਸਕਦੀ ਆ ਹੈ ਸਾਰੇ ਗੰਨਾ ਸਤਿ ਸ਼੍ਰੀ ਅਕਾਲ ਭਾਜੀ ਨਾ ਸਤਿ ਸ਼੍ਰੀ ਅਕਾਲ ਤਾਂ ਤੇਰੀ ਠੀਕ ਆ ਜਦੋਂ ਤਾਂ ਤੁਸੀਂ ਕਰਜ਼ਾ ਲੈਣਾ ਹੁੰਦਾ ਉਦੋਂ ਤਾਂ ਮਾਰ ਮਾਰ ਕਿਹੜੇ ਦਫ਼ਤਰ ਨੀਵਾਂ ਕਰ ਦਿੰਦੇ ਹੋ ਹਾਂਜੀ ਤੇ ਜਦੋਂ ਮੋੜਨਾ ਹੁੰਦਾ ਉਦੋਂ ਤੁਹਾਨੂੰ ਕੀ ਹੁੰਦਾ ਗੋਡਿਆਂ ਨੂੰ ਗਠੀਆ ਹੋ ਜਾਂਦਾ ਹੈ ਭਾਜੀ ਤੁਹਾਡੇ ਵੱਲ ਹੀ ਆਉਣ ਲੱਗਾ ਸੀ ਆਹ ਦੇਖੋ ਪਾਈ ਜਾਣਾ ਜੀ ਜੇ ਤੂੰ ਮੇਰੇ ਵੱਲ ਆਉਣਾ ਹੁੰਦਾ ਤਾਂ ਮੇਰੀ ਕੀ ਲੋੜ ਪੈਂਦੀ ਆਉਣ ਦੀ ਨਾਲੇ ਇੱਕ ਗੱਲ ਯਾਦ ਰੱਖੀ ਹਾਂਜੀ ਚੱਡਾ ਫਾਈਨੈਂਸ ਦੇ ਪੈਸੇ ਮਾਰਨ ਲਈ ਚੱਡੀ ਚ ਦਮ ਹੋਣਾ ਚਾਹੀਦਾ ਇਹਦੇ ਚ ਚੱਡੀ ਦਮ ਚਾਹੀਦਾ ਬਾਈ ਆ ਚੱਕ ਮੇਰੀ ਦੁੱਕੀ ਆ ਚੱਕ ਤੀਵੀ ਮੇਰਾ ਮਤਲਬ ਬੈਗੀ ਆ ਲਾ ਫਿਰ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਟੋਪੀ ਪੁੱਠੀ ਲਿਆ ਕਰੋ ਬਹੁਤ ਸੋਹਣੀ ਲੱਗਦੀ ਆ ਚੱਲ ਜਾ ਭਾਈ ਸਤਿ ਸ਼੍ਰੀ ਅਕਾਲ ਭਾਈ ਮੈਂ ਆਵਾਂ ਮੈਂ ਅੰਦਰ ਆ ਹੀ ਗਿਆ ਭਾਜੀ ਭਾਜੀ ਉਹ ਮੈਂ ਛੱਡਾ ਫਾਈਨੈਂਸ ਤੋਂ ਆਇਆ ਸੀ ਹੈ ਨੀ ਪੈਸੇ ਅਜੇ ਜਦੋਂ ਹੋਏ ਦੇਵਾਂਗੇ ਉਹ ਭਾਜੀ ਇੰਨਾ ਤਾਂ ਖਲਾਰਾ ਪਾਈ ਬੈਠੇ ਹੋ ਗੱਲ ਸੁਣ ਓਏ ਆ ਨੋਟਾਂ ਤੇ ਰਾਵੜਾ ਤੈਨੂੰ ਦੇਣ ਵਾਸਤੇ ਨਹੀਂ ਚੜਾ ਰਿਹਾ ਚੱਡਾ ਫਾਈਨੈਂਸ ਦੀ ਚੱਡੀ ਚ ਦਮ ਚਾਹੀਦਾ ਮੈਥੋਂ ਪੈਸੇ ਕਢਾਉਣ ਵਾਸਤੇ ਸਮਝ ਗਿਆ ਭਾਜੀ ਮੇਰੇ ਲਈ ਕੀ ਹੁਕਮ ਹੈ ਚਲ ਮੈਂ ਜਾਵਾਂ ਜੀ ਉਹ ਗੱਲ ਸੁਣ ਚਾਹ ਦਾ ਕੱਬਾ ਰੱਖ ਲਈ ਠੀਕ ਆ ਭਾਜੀ ਚਲੋ 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 ਸਾਡੀ ਕੰਪਨੀ ਨੇ ਮਿਕਸਰ ਗ੍ਰਾਈਂਡਰ ਫਾਈਨੈਂਸ ਦੇ ਕੰਮ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਅਸੀਂ ਸਕੂਟਰ ਮੋਟਰਸਾਈਕਲ ਕਾਰਾਂ ਬੱਸਾਂ ਨੂੰ ਫਾਈਨੈਂਸ ਕਰ ਰਹੇ ਹਾਂ ਔਰ ਇਹ ਸਾਰਾ ਕ੍ਰੈਡਿਟ ਸਾਡੇ ਸੇਲਸ ਡਿਪਾਰਟਮੈਂਟ ਨੂੰ ਜਾਂਦਾ ਹੈ ਹੁਣ ਮੈਂ ਸੇਲਸ ਡਿਪਾਰਟਮੈਂਟ ਦੀ ਹੈਡ ਸ਼ਰੂਤੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਇੱਥੇ ਆ ਕੇ ਕੰਪਨੀ ਵੱਲੋਂ ਇੱਕ ਛੋਟੀ ਜਿਹੀ ਪੇਟ ਸਵੀਕਾਰ ਕਰਨ ਸ਼ਰੂਤੀ ਆਓ ਬੇਟਾ ਜੀ ਤਾੜੀਆਂ ਬਈ ਥੈਂਕ ਯੂ ਵੈਲ ਡਨ ਲਾਸਟ 4 ਇਅਰਸ ਤੋਂ ਮੈਂ ਹੀ ਇੰਪਲੋਈ ਆਫ ਦ ਮੰਥ ਬਣਦੀ ਆ ਰਹੀ ਹਾਂ ਐਂਡ ਇਟਸ ਆਲ ਬਿਕਾਜ਼ ਆਫ ਮਾਈ ਐਜੂਕੇਸ਼ਨ ਡੈਡੀਕੇਸ਼ਨ ਐਂਡ ਮੇਨ ਥਿੰਗ ਫੋਕਸ ਨੋਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੈਮ ਫੋਕਸ ਚ ਕੇ ਲੱਗੇਗਾ ਕਿ ਸੀ ਲੱਗੇਗਾ ਆਊਟ ਸੋ ਮੈਂ ਕਹਿ ਰਹੀ ਸੀ ਬਈ ਜੇ ਤੁਸੀਂ ਵੀ ਕੰਮ ਤੇ ਫੋਕਸ ਕਰੋ ਤਾਂ ਸ਼ਾਇਦ ਤੁਸੀਂ ਵੀ ਇੰਪਲੋਈ ਆਫ ਦ ਮੰਥ ਬਣ ਸਕਦੇ ਹੋ ਰਾਈਟ ਹਾਂ ਬਈ ਸਾਡੀ ਕੰਪਨੀ ਇਸ ਹੋਨਹਾਰ ਸੇਲਸ ਡਿਪਾਰਟਮੈਂਟ ਦੇ ਨਾਲ ਨਾਲ ਇੱਕ ਹੋਰ ਡਿਪਾਰਟਮੈਂਟ ਚਲਾ ਰਹੀ ਹੈ ਜਾਂ ਆਉਂ ਕਹੋ ਕੇ ਪਾਲ ਰਹੀ ਹੈ ਰਿਕਵਰੀ ਡਿਪਾਰਟਮੈਂਟ ਦੇ ਹੈਡ ਸ਼੍ਰੀ ਵਿੱਕੀ ਜੀ ਮੈਨੂੰ ਆਪਣੇ ਕੈਬਿਨ ਚ 5 ਮਿੰਟਾਂ ਚ ਆ ਕੇ ਮਿਲਣ ਸਰ ਪੱਗ ਬਹੁਤ ਸੋਹਣੀ ਬੰਨੀ ਆ ਤੂੰ ਰਹਿਣ ਦੇਣੀ ਆਓ ਜੀ ਆਓ ਬੈਠੋ ਨਾ ਤੁਸੀਂ ਖੜੇ ਕਿਉਂ ਬੈਠੋ ਬੈਠੋ ਤੁਹਾਡੇ ਵਾਸਤੇ ਦੁੱਧ ਸੋਡਾ ਠੰਡਾ ਕੁਝ ਮੰਗਵਾਵਾਂ ਨਹੀਂ ਸਰ ਤੇਜ ਮਿੱਠੇ ਵਾਲੀ ਚਾਹ ਮੰਗਾ ਲਓ ਖੜੇ ਜਾ ਤੇਰੀਆਂ ਤੇਜ ਮਿੱਠੇ ਵਾਲੀਆਂ ਚਾਵਾਂ ਦੀਆਂ ਪਰਚੀਆਂ ਮੇਰੇ ਹੱਥ ਲੱਗੀਆਂ ਨੇ 6,000 ਦੀ ਚਾਹ ਉਹ ਯਾਰ ਇੱਕ ਗੱਲ ਦੱਸ ਤੂੰ ਕੱਲੇ ਚਾਹ ਪੀਂਦਾ ਹੈ ਜਾਂ ਡੋਲੂ ਚ ਭਰਵਾ ਕੇ ਘਰ ਵਾਲੇ ਵਾਸਤੇ ਲੈ ਜਾਣਾ ਭਾਈ ਸਾਹਿਬ ਮੈਂ ਗੁਰਪੁਰਬ ਤੇ ਹਰ ਸਾਲ 26 ਲਾਨਾ 3,000 ਤੋਂ ਉੱਪਰ ਦਾ ਮਟੀਰੀਅਲ ਨਹੀਂ ਲੱਗਦਾ ਤੇ ਤੂੰ 6,000 ਦੀ ਚਾਹ ਪੀ ਹੈ ਓਏ ਕਿਵੇਂ ਕਿੱਦਾਂ ਚੱਲ ਉਹ ਛੱਡ ਇਹ ਦੇਖ ਇਹ ਹੈਗੀ ਹੈ ਸੇਲਸ ਦੀ ਡਾਇਰੀ ਇਹ ਦੇਖ ਭਰੀ ਪਈ ਚੱਕਲ ਤੇ ਆਹ ਦੇਖੋ ਜੀ ਆਹ ਹੈਗੀ ਹੈ ਰਿਕਵਰੀ ਦੀ ਡਾਇਰੀ ਜਦ ਆਈ ਸੀ ਬੜੇ ਚਾਹ ਨਾਲ ਲਿਖਵਾਇਆ ਸੀ ਓਮ ਗਣੇਸ਼ ਆਯ ਨਮਾ ਓਹੀਓ ਲਿਖਿਆ ਰਹਿ ਗਿਆ ਯਾਰ ਦੇਖ ਦੇਖ ਸਰ 26 ਤਰੀਕ ਦੀ ਸੰਗਰਾਂਦ ਹੈ ਮੈਂ ਤੇ 24 ਦਾ ਲੰਗਰ ਰਖਵਾ ਬੈਠਾ ਉਹ ਤੂੰ ਮੈਨੂੰ ਪਟਕਾਉਣ ਦੀ ਕੋਸ਼ਿਸ਼ ਨਾ ਕਰ ਇਹ ਦੇਖ ਇਹ ਤੇਰੇ ਟਰੈਵਲ ਅਲਾਉਂਸ ਬਿੱਲ 3,000 ਦੇ ਜੂਸਰ ਪਿੱਛੇ ਤੂੰ 3,200 ਦਾ ਤੇਲ ਫੂਕਤਾ ਵਾਹ ਬਈ ਵਾਹ ਤੇ ਜੂਸਰ ਦੇ ਪੈਸੇ ਫੇਰ ਨਹੀਂ ਆਏ ਸਰ ਕਈ ਵਾਰੀ ਗਾਹਕ ਚੀੜਾ ਮਿਲ ਜਾਂਦਾ ਜੀ ਬਹੁਤ ਜ਼ਿਆਦਾ ਗੇੜੇ ਮਰਵਾਉਂਦਾ ਉਹ ਸਾਰੇ ਚੀੜੇ ਗਾਹਕ ਤੈਨੂੰ ਹੀ ਕਿਉਂ ਮਿਲਦੇ ਨੇ ਬਸ ਕੋਈ ਨਰਮ ਮਿਲਿਆ ਤੇ ਇਹ ਤੇਰਾ ਬੌਸ ਦੇਖ ਬਈ
तेरा डिपार्टमेंट एक भी गाहक नूं रिकवरी नहीं करवा पा रहा। सर केड़ा डिपार्टमेंट, इको बंदा तो हैगा जी रिकवरी डिपार्टमेंट दे विच, ते हुण कल्ला बंदा की करे जी दसो। क्यों प्रवीर किथे? सर ओह गया सीगा रिकवरी कराउण मशीन दी। फिर आंटियां ने घर दे नाल लग के धोता, प्लास्टर लवा के घरे बैठा। ओ मेरी गल कान खोल के सुन ले, जे इस महीने कोई रिकवरी ना हुई ते एक तरीक ऑफिस आन दी खेचल ना करियो। सर सत श्री अकाल। बुआ वेख्या किथे या मैं दसा? जाओ कम करो। अच्छा व्याह ते कार देनी है? लो लो जी फिर तो तुसी वड्डी कार दियो। हां जी साडी ना कंपनी दा पेपर वर्क बहुत ज्यादा सिंपल है, थोनू लगना ही नहीं भी तुसी लोन कंपनी तो लोन लिता है। थोनू ता आए लगना है जिवें कोई यू नो थोड़े फैमिली फ्रेंड ने थोड़ी हेल्प कीती होवे। हां जी ठीक है, ओके जी थैंक यू। ओ तू क्यों प्यो दी कंपनी बर्बाद करन ते लगी हुई है? पार्टी दे पेपर ते बैकग्राउंड देखे बिना ही पैसे वंडी जानी है, और तेरे करके बहुत प्रॉब्लम छ मेरा डिपार्टमेंट। एम्प्लॉय ऑफ द मंथ, वो तेरा वहम आ, तू कोई बेस्ट एम्प्लॉय नहीं हैगी। प्यो तेरा तेनू नाम देंदे बहाने तेरा दाज जुड़ी जांदा। तेनू मैं दसा ओ पैसे वंडने बहुत औखे ने, कट्ठे करने बहुत औखे ने, मेनू पुछ के देख। ओ तू कोई सिलाई कढ़ाई सीख, कोई मेहंदी मुंदी दा कोर्स कर, राजे केड़े चक्करां च पिया वा। चक्कर मीन्स यू टॉकिंग टू द टॉपर ऑफ द इंडियन स्कूल ऑफ बिजनेस, ऑलराइट? ओ केड़ा बिजनेस? जिदे कोले राशन कार्ड नहीं हुंदा उहनू ऑल्टो फाइनेंस कर दिंदी आ। मेरे कोले राशन कार्ड, आधार कार्ड, वोटर कार्ड सारा कुछ आ, तुसी मेनू तनखा नहीं टाइम ते दिंदे। ओ मेनू दियो 5-7 करोड़, थोनू मैं दसा बिजनेस किवें हुंदे आ। किवें हुंदा ओ बिजनेस? ओ हो गया हैंग, जा करूंगे मैं बिजनेस, जा। हाँ जी पापा। शिमला मिर्च ले आई। केड़ी मिर्च? शिमला मंडी तो ले आई। ओ पापा शिमला मिर्च 2 रुपए बचाने लिए एडी दूर मंडी लेने जावा, शिमले ना चल जावा, फ्री मिल जूगी। ले आई पुत। ओ ले आऊंगा पापा। ठीक है, ओके भाई। सर सौ तो नहीं गए? साइलेंस। जी कब आंदा है?